ਰਿਜ਼ਲਟ ਬਾਰੇ ਮੈਂ ਇਹ ਕਿਹਾ ਸੀ ਕਿ ਰਿਜ਼ਲਟ ਬਹੁਤ ਛੇਤੀ ਤੋਂ ਛੇਤੀ ਆ ਸਕਦਾ, ਉਹ ਤਰੀਕ ਮੈਂ ਇਸ ਕਰਕੇ ਨਹੀਂ ਕਹੀ ਕਿਉਂਕਿ ਅੱਗੇ ਮੈਂ ਦੋ ਚਾਰ ਵੀਡੀਓ 'ਚ ਨਾ ਵੀ 12ਵੀਂ ਦੇ ਰਿਜ਼ਲਟ ਬਾਰੇ ਤਰੀਕਾਂ ਦੱਸਿਆ ਸੀ ਅਤੇ ਉਹ ਤਰੀਕਾਂ ਤੋਂ ਪਹਿਲਾਂ ਹੀ ਰਿਜ਼ਲਟ ਆ ਗਿਆ, ਅਤੇ ਕੋਈ ਇਹਦਾ ਪੱਕੀ ਤਰੀਕ ਨਹੀਂ ਹੁੰਦੀ, ਆਪਾਂ ਚਲੋ ਖਬਰਾਂ 'ਚ ਦੇਖ ਲੈਂਦੇ ਹਾਂ। ਅਤੇ ਖਬਰਾਂ ਵਾਲੇ ਵੀ ਇਹ ਮੰਨਦੇ ਨੇ ਵੀ ਹਜੇ ਪੱਕਾ ਨਹੀਂ ਗਾ, ਵੀ ਮੰਨਿਆ ਜਾ ਰਿਹਾ ਵੀ ਇੰਨੀ ਤਰੀਕ ਕਰਾਵੇਗਾ, ਵੀ ਉਹ ਵੀ ਇਹ ਕਹਿ ਰਹੇ ਨੇ ਕਿ ਪੱਕਾ ਨਹੀਂ ਵੀ ਇੰਨੀ ਤਰੀਕ ਨੂੰ ਹੀ ਆਵੇਗਾ, ਅਤੇ ਬਾਕੀ ਹਜੇ ਬੋਰਡ ਵੱਲੋਂ ਕੋਈ ਤਰੀਕ ਉਹ ਨਹੀਂ ਹੋਏਗੀ ਵੀ ਇੰਨੀ ਤਰੀਕ ਨੂੰ ਆਵੇਗਾ, ਵੀ ਆਉਣ ਦਾ ਕਹਿ ਐਂ ਕਹਿ ਸਕਦੇ ਹਾਂ ਵੀ ਜਲਦ ਤੋਂ ਜਲਦ ਆਵੇਗਾ, ਵੀ ਹੋ ਸਕਦਾ ਆ ਦੋ ਚਾਰ ਦਿਨਾਂ ਤੱਕ, ਦੋ ਤਿੰਨ ਦਿਨਾਂ ਤੱਕ ਆ ਜਾਵੇ, ਕੱਲ੍ਹ ਨੂੰ ਆ ਜਾਵੇ, ਪਰਸੋਂ ਵੀ ਆ ਸਕਦਾ ਹੈਗਾ, ਵੀ ਇੱਕ ਤਰੀਕ ਨੂੰ ਵੀ ਆ ਸਕਦਾ ਹੈ, ਅਤੇ ਵੀ ਕੋਈ ਪੱਕਾ ਨਹੀਂ ਹੋਇਆ ਹੈ। ਵੀ ਰਿਜ਼ਲਟ ਇੰਨਾ ਜ਼ਰੂਰ ਕਹਿ ਸਕਦੇ ਹਾਂ ਵੀ ਰਿਜ਼ਲਟ ਜਲਦ ਤੋਂ ਜਲਦ ਆਵੇਗਾ, ਜਿਸ ਤਰ੍ਹਾਂ 12ਵੀਂ ਦਾ ਆਇਆ, 12ਵੀਂ ਦਾ ਰਿਜ਼ਲਟ ਬਹੁਤ ਜਲਦੀ ਆਇਆ ਹੈਗਾ, ਉਸੇ ਤਰ੍ਹਾਂ ਹੀ ਦੋ ਚਾਰ ਦਿਨਾਂ ਦੇ ਅੰਦਰਾਂ ਅੰਦਰ 10ਵੀਂ ਦਾ ਰਿਜ਼ਲਟ ਆ ਜਾਵੇਗਾ। ਅਤੇ ਦੋਸਤਾਂ ਨੂੰ ਕਹਿਣਾ ਚਾਹੁੰਦਾ ਗਾ ਵੀ ਵੀਰੋ ਕੋਈ ਪੱਕੀ ਤਰੀਕ ਹਜੇ ਕਨਫਰਮੇਸ਼ਨ ਨਹੀਂ ਹੋਈ, ਵੀ ਪੱਕੀ ਤਰੀਕ ਬਾਰੇ ਕੋਈ ਦੱਸਿਆ ਨਹੀਂ ਗਿਆ, ਅਤੇ ਵੀ ਜਲਦ ਤੋਂ ਜਲਦ ਜ਼ਰੂਰ ਆਵੇਗਾ, ਅਤੇ ਇਹਦਾ ਸਿਰਫ ਅੰਦਾਜ਼ੇ ਲਾਏ ਜਾ ਰਹੇ ਨੇ ਵੀ ਇੱਕ ਤਰੀਕ ਨੂੰ ਆਵੇਗਾ, ਵੀ ਦੱਸਿਆ ਵੀ ਕੋਈ ਪੱਕਾ ਨਹੀਂ ਦੱਸਿਆ ਜਾ ਰਿਹਾ, ਵੀ ਅੰਦਾਜ਼ਾ ਆਇਆ ਗਿਆ ਇਹ ਵੀ ਇੱਕ ਤਰੀਕ ਨੂੰ ਵੀ ਆ ਸਕਦਾ ਹੈ ਰਿਜ਼ਲਟ, ਇਹ ਹੋ ਸਕਦਾ ਇੱਕ ਤਰੀਕ ਨੂੰ ਆਵੇ, ਅਤੇ ਉਸ ਤੋਂ ਪਹਿਲਾਂ ਵੀ ਆ ਸਕਦਾ ਹੈ। ਅਤੇ ਇੱਦਾਂ ਹੀ ਦੋਸਤੋ ਆਪਣੀਆਂ ਵੀਡੀਓ ਨੂੰ ਲਾਈਕ ਕਰਦੇ ਰਹੋ ਅਤੇ ਪਿਆਰ ਬਣਾਈ ਰੱਖੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਾਕੀ ਜੇ ਕੋਈ ਵੈਬਸਾਈਟ 'ਤੇ ਰਿਜ਼ਲਟ ਬਾਰੇ ਕੁਛ ਵੀ ਅਪਲੋਡ ਹੁੰਦਾ ਆ ਅਪਡੇਟ, ਉਹ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਵੀਡੀਓ ਬਣਾ ਕੇ। ਬਾਕੀ ਹਜੇ ਤੱਕ ਕੋਈ ਤਰੀਕ ਬਾਰੇ ਦੱਸਿਆ ਨਹੀਂ ਜਾ ਰਿਹਾ ਹੈਗਾ, ਵੀ ਉਹ ਇੰਨਾ ਵੀ ਜਲਦ ਤੋਂ ਜਲਦ ਆਵੇਗਾ, ਇੱਕ ਵਾਰ ਫਿਰ ਕਹਿ ਰਹੇ ਹਾਂ ਦੋਸਤੋ ਵੀ ਜਲਦ ਤੋਂ ਜਲਦ ਆਵੇਗਾ, ਤਰੀਕ ਬਾਰੇ ਕੋਈ ਪੱਕਾ ਨਹੀਂ ਪਤਾ। ਸੋ ਧੰਨਵਾਦ ਦੋਸਤੋ ਆਪਣੀ ਵੀਡੀਓ ਨੂੰ ਦੇਖਣ ਲਈ।